ਗੁਰੈ ਨਜ਼ਦੀਕ ਪਿੰਡ ਬੋਪਰਾਏ ਦੇ ਨੌਜਵਾਨ ਦੀ ਬੀਤੇ ਦਿਨੀ ਮਲੇਸ਼ੀਆ ਵਿਖੇ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਸੀ। ਉਕਤ ਖਬਰ ਮਿਲਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੇ ਚਾਚਾ ਸੁਰਿੰਦਰ ਮੱਕੜ ਤੇ ਸ਼ਾਮ ਸੁੰਦਰ ਮੱਕੜ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਪਰਮਿੰਦਰ ਕੁਮਾਰ ਮੱਕੜ ਪਿਛਲੇ 7 ਸਾਲ ਤੋਂ ਮਲੇਸ਼ੀਆ ਵਿੱਚ ਗਿਆ ਹੋਇਆ ਸੀ। ਉਹਨਾਂ ਦੱਸਿਆ ਕਿ ਉਹਨਾਂ ਦਾ ਭਤੀਜਾ ਮਲੇਸ਼ੀਆ ਵਿਖੇ ਰੋਜ਼ਾਨਾ ਹੀ ਰਾਧਾ ਸੁਆਮੀ ਸਤਸੰਗ ਘਰ ਮਲੇਸ਼ੀਆ ਵਿਖੇ ਸੇਵਾ ਕਰਨ ਲਈ ਜਾਂਦਾ ਸੀ। ਉਹਨਾਂ ਕਿਹਾ ਕਿ 20 ਜੁਲਾਈ ਜਦੋਂ ਪਰਮਿੰਦਰ ਮੱਕੜ ਮੋਟਰਸਾਈਕਲ ਤੇ ਸਤਸੰਗ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਉਹਨਾਂ ਕਿਹਾ ਕਿ ਬੁੱਧਵਾਰ ਨੂੰ ਉਹਨਾਂ ਦੇ ਭਤੀਜੇ ਦੀ ਮ੍ਰਿਤਕ ਦੇ ਪਿੰਡ ਵਿਖੇ ਪਹੁੰਚੀ, ਜਿੱਥੇ ਕਿ ਬਾਅਦ ਵਿੱਚ ਉਸ ਦਾ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਕੌਂਸਲਰ ਰੋਸ਼ਨ ਲਾਲ ਬਿੱਟੂ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਨਾਲ ਜਿੱਥੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਉਹਨਾਂ ਕਿਹਾ ਕਿ ਇਸ ਨੌਜਵਾਨ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਾਡੇ ਪਿੰਡ ਬੋਪਰਾ ਵਿੱਚ ਜੋ ਅੱਜ ਬਾਹਰ ਮਲੇਸ਼ੀਆ ਦੇ ਵਿੱਚ ਪਰਮਿੰਦਰ ਕੁਮਾਰ ਦੀ ਇੱਕ ਸੜਕ ਦੁਰਘਟਨਾ ਹਾਦਸੇ ਵਿੱਚ ਮੌਤ ਹੋ ਗਈ, ਜਿਸ ਦੀ ਅੱਜ ਬੋਡੀ ਸਾਡੇ ਪਿੰਡ ਮੋਪਾਰਾ ਸ਼ਮਸ਼ਾਨ ਘਾਟ ਲਿਆਂਦੀ ਗਈ ਅਤੇ ਉੱਥੇ ਉਹਦਾ ਸੰਸਕਾਰ ਕੀਤਾ ਗਿਆ। ਅਤੇ ਸਾਡੇ ਜੋ ਕਿ ਸਾਡੇ ਪਿੰਡ ਲਈ ਬਹੁਤ ਹੀ ਦਰਦਨਾਕ ਘਟਨਾ ਹੋਈ ਆ, ਕਿਉਂਕਿ ਜੋ ਪਰਿਵਾਰ ਲਈ ਵੀ ਬਹੁਤ ਹੀ ਬੜੀ ਮਾੜੀ ਗੱਲ ਆ ਵੀ ਜੋ ਇੱਦਾਂ ਦੀ ਘਟਨਾ ਵਾਪਰੀ ਆ, ਕਿਉਂਕਿ ਘਰ ਦਾ ਇੱਕ ਚਿਰਾਗ ਸੀ ਜੋ ਮਿਹਨਤ ਕਰਦਾ ਸੀ ਬਾਹਰ, ਅਤੇ ਅਸੀਂ ਸਾਡੇ ਪਿੰਡ ਵਿੱਚ ਇੱਡੀ ਸੋਗ ਦੀ ਲਹਿਰ ਚੱਲ ਰਹੀ ਆ ਅਤੇ ਉਹਦੇ ਵਿੱਚ ਸਾਰਿਆਂ ਨੇ ਬਹੁਤ ਹੀ ਪਿੰਡ ਵਾਸੀਆਂ ਨੇ ਅਤੇ ਸਾਡੇ ਅਸੀਂ ਆਪ ਖੁਦ ਇੰਨਾ ਕੁ ਅਫਸੋਸ ਕਰਦੇ ਹਾਂ ਕਿ ਇੱਦਾਂ ਦੀ ਕਿਤੇ ਵੀ ਕੋਈ ਘਟਨਾ ਨਹੀਂ ਹੋਵੇ ਤਾਂ ਬਹੁਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ।